में हाल ही बिस्मिल्लाह जी हेलो हां जी हां जी ओ सारे ਤੁਹਾਨੂੰ ਪਤਾ ਦਰਜੀ ਵਾਲਾ ਗ੍ਰੇਡ ਦੇ ਦਰਜੀ ਆ ਗਿਆ ਜਨਾਬ ਜਿਹਨੇ ਮਰਜ਼ੀ ਸੂਟ ਸਵਾਓ ਕਿੰਨੇ ਸੂਟ 10 ਸੂਟ ਹੈ ਓ ਯਾਰ ਇਹ ਤੇ ਇਸ਼ੂ ਹੀ ਕੋਈ ਨਹੀਂ ਜਨਾਬ ਲੋ 10 ਸੂਟ ਵਾਹ ਭਾਈ ਵਾਹ ਬੜੇ ਕਿਤੇ ਸੂਟ ਆ ਹਾਂ ਜੀ ਹਾਂ ਜੀ ਇਹ ਦੱਸੋ ਡਬਲ ਸਲਾਈ ਹੈ ਜਾਂ ਸਿੰਗਲ ਡਬਲ ਦੇ ਜਨਾਬ ਡਬਲ ਪੈਸੇ ਲੱਗਣੇ ਤੁਹਾਨੂੰ ਇਹ ਪਤਾ ਹੀ ਨਹੀਂ ਹੈਗਾ ਓ ਡਬਲ ਸਲਾਈ ਦੇ ਵਾਹ ਭਾਈ ਵਾਹ ਓ ਭਾਈ ਡਬਲ ਸਲਾਈ ਦੇ ਤੁਹਾਨੂੰ ਪਤਾ ਜਿਹੜਾ ਧਾਗਾ ਸ਼ਾਈਨਿੰਗ ਕਰਨ ਵਾਲਾ ਹੈ ਸਿੰਪਲ ਆਣਾ ਵਾ सिंपल तो है आपने को यार वाह इधर मैं अगला यार कर सकता है तू समझ ला मैं एक बार आके चला गया है और नहीं 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 जनाब कुछ गाग तो पता रहा शेना क्या दुकान थे डबल स्लाइड बढ़िया जी नहीं होएगी तो तुम लोग पता जाएगा यार ये तो इशू नहीं है ऐसा ये पहुंचा जरा बात कितना रखना वा तंग रखना खुला रखना की रखना की और यार देख मेरी दस से सही यार वाह भाई वाह निकाल यार ए बहुत अच्छे अच्छा डबल पहुंचा जरा वा और डबल पहुंचा वाह भाई वाह भाई जे तू नहीं आना तो मैं गेड़े कटी जावा हां जी ओ ते गल ठीक आ कहंदा मकसद पापा जी पागल हो गया बे पापा जी बड़े इतना इतना हां जी पापा पागल बेवकूफ क्या इधर आ पापा मेनू उंगल ना कर मेनू मैं जे चप्पा की ता फिर चीका मारेगा बेवकूफ पापा जी हां जी पापा जी बड़े तोड़े ना सुने पापा जी तेरी बेवकूफी क्यों ना सुने मेरी पापा जी इतने जोरों में आया पापा जी काटी मेहरबानी पापा जी कोई ऐसा आदमी जो गाल के धाक आई ना धाक धाक कौन है चाहिए बस पापा जी किस तरह धाक आई मेरा नारा मेरा पापा जी ये तो धाक कौन है कि जमा आया रे आया 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 ले तेरा भी काम हो गया मेरा भी काम हो गया ਇਹਨੂੰ ਕਹਿੰਦੇ ਬਾਬਾ ਦੋਵਾਂ ਦਾ ਕੰਮ ਇੱਕ ਵਕਤ ਹੀ ਹੋਇਆ ਬਾਬਾ ਜੀ ਕਹਿ ਤਾਂ ਬਸ ਦਾ ਗਾਹਕ ਆਉਂਦੇ ਆ ਸੂਟ ਦੇ ਕੇ ਚੜ ਜਾਂਦੇ ਆ ਉਹ ਛੇਤੀ ਸੂਟ ਲੈ ਲਈ ਉਹਦੇ ਬਾਬਾ ਜੀ ਮੈਂ ਪੈਸੇ ਲੈ ਤੋਂ ਬੈਠਾ ਲਾ ਬਾਬਾ ਜੀ ਕੋਈ ਐਸਾ ਕੰਮ ਕਰੋ ਬਾਬਾ ਜੀ ਮੈਂ ਬਾਹਾ ਜਾ ਆਪੇ ਦੇ ਕੱਟਾ ਕਿੰਨਾ ਕੱਟਾ ਬਾਬਾ ਜੀ ਮੈਂ ਪੁੱਤਰ ਹੱਥ ਪੈ ਬਾਬਾ ਜੀ ਕੀ ਬਗੈਰਤੀ ਕਰ ਰਹੇ ਹੋ ਇਹ ਪੁੱਤਰ ਤੇਰਾ ਦਿਮਾਗ ਤੇਰਾ ਹੌਲਾ ਕਰਨ ਆ ਇਹਦੇ ਨਾਲ ਮੇਰਾ ਵੀ ਹੋਇਆ ਹੌਲਾ ਹੋ ਜਾਣਾ ਤੇਰਾ ਵੀ ਹੌਲਾ ਹੋ ਜਾਣਾ ਤੁਹਾਡਾ ਹੌਲਾ ਹੋ ਜਾਣਾ ਮੇਰੇ ਨਾਲ ਬਤਾ ਨਹੀਂ ਬੜ ਜਾਣਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਤੂੰ ਦਰਸੀ ਆਪ ਇੰਨੇ ਤੇਰੇ ਕੋ ਟਾਟੀਆਂ ਪਈਆਂ ਨੇ ਮੂੰਹ ਸਾਫ਼ ਕਰ ਜੀ थले जेब फर्क माफी देवे कुंडी ना खड़का सुने सीधा अंदर आ और बाबे के दरबार से आई तू कम अज कम गाना लवाया वा ਨਾ ਕਿ ਤੱਪ ਕੇ ਤੇ ਆ ਕਿਵੇਂ ਤੂੰ ਤੇ ਆਈ ਆ ਜਿਵੇਂ ਫੋਟੀ ਦਾ ਸੁਣਾ ਦੇਣਾ ਹੀ ਐ ਕੋਈ ਆਉਣਾ ਵਾ ਆਵੇ ਕੁੰਡੀ ਨਾ ਖੜਕਾ ਸੋਣਿਆ ਚਾਚਾ ਨਹੀਂ ਫੋਟ ਹੋ ਗਿਆ ਯਾ ਪਰੀ ਜਵਾਨੀ ਗੱਲਾਂ ਲਾ ਕੇ ਸਾਰੀਆਂ ਰੀਚ ਅੱਠਵੇਂ ਕੁਰਾ ਦਾ ਖਤਮ ਜਾ ਉਹ ਤੂੰ ਆਈ ਆ ਸਾਡੇ ਭਰਾ ਇਮੋਸ਼ਨਲ ਹੈ ਇਹਨਾਂ ਦੇ ਮੂੰਹਾਂ ਜੋ ਝਗਾ ਛੁਗਾ ਕਿਵੇਂ ਇੰਜ ਦਾ ਨੱਚ ਤੜਫਲੀ ਪਾ ਐ ਆਈ ਆ ਕੁੰਡੀ ਨਾ ਖੜਕਾ ਸੋਣਿਆ ਸਿੱਧਾ ਅੰਦਰ ਆ ਜਵਾਨੀ ਕਰਨ ਲਾ ਕੇ ਸਾਰੀਆਂ ਰੀ ਜਾਲਾ ਲਗਣਾ ਹੈ ਪਿਆਰ ਦਾ ਤੂੰ ਜਿੰਦਾਂ ਸੋਨੀਏ ਏਦਾਂ ਭੈਣ ਪੇਸ਼ ਕਰੋ ਇਹ ਏਦਾਂ ਭਲਾ ਕਿਉਂ ਕਰਨ ਡਿਆ ਕਿਉਂ ਇਹ ਪਿੰਡ ਪਾੜ ਵੀ ਜਾਵੇ ਤੇ ਕੋਈ ਨਹੀਂ ਆਪ ਤਾਂ ਦਰਜੀ ਆ ਦਿਹਾੜੀ 'ਚ 10 ਵਾਰੀ ਤਾਂ ਆਪਣੀ ਪਿੰਡ ਨੂੰ ਸਿਲਾਈ ਲਾਉਂਦਾ ਹਰ ਚੌਂਕ 'ਚ ਖਲੋ ਕੇ ਕਰਦਾ ਐ ਗੰਦੀ ਨਾ ਕਰਦਾ ਪਾਪਾ ਮੇਰੀ ਸਿਲਾਈ 'ਚ ਬੋਲ ਨਾ ਜੇਲ 'ਚ ਰੱਖੀ ਮੈਂ ਕਿਹਾ ਪਾਪਾ ਜੀ ਮੈਂ ਬੜੀ ਦੂੜੋ ਦੌੜਾ ਸੁਣ ਕੇ ਆਈ ਆ ਤੇ ਨਾ ਆਉਂਦੀ ਮੈਨੂੰ ਸਾਦੀ ਤੂੰ ਲੋ ਬਾਬਾ ਜੀ ਆਪ ਸਫਰ ਪਵਾ ਲਿਆ ਇਹਨਾਂ ਬਾਬਾ ਜੀ ਮੈਂ ਚੂਈ ਸਾਈ ਨੂੰ ਮਿਲਣਾ ਤੁਸੀਂ ਚੂਈ ਸਾਈ ਹੋ ਮੈਂ ਚੂਈ ਸਾਈ ਆ ਕੁੜੀਏ ਤੈਨੂੰ ਪਤਾ ਨਹੀਂ ਅੱਜ ਤੇਰੀ ਲੋਟ ਨਾਲ ਕੀ ਹੋਣਾ ਚੂਈ ਸਾਈ ਦੇ ਦਰਬਾਰ ਤੇ ਜਦੋਂ ਵੀ ਕੋਈ ਆਇਆ ਖਾਲੀ ਹੱਥ ਨਹੀਂ ਆ ਅੱਜ ਤੇਰੀ ਝੋਲੀ ਭਰ ਜਾਣੀ ਬਾਬਾ ਝੋਲੀ ਜ਼ਰੂਰ ਭਰਨੀ ਆ ਜਿਹੜੀ ਜਗ੍ਹਾ ਬਣੀ ਆ ਉਹ ਭਰ ਦਾਂਗੇ ਬਾਬਾ ਜੀ ਬਾਬਾ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਕੁਝ ਤਾਂ ਦੱਸ ਮੈਂ ਬਾਬਾ ਮੈਨੂੰ ਕੁਝ ਤਾਂ ਦੱਸ ਉਹ ਸਾਰੀਏ ਬਾਬਾ ਬਾਬੇ ਜੀ ਸਾਨੂੰ ਕੁਝ ਦੱਸਣਾ ਹੀ ਅਮਾਨੇ ਜਰਸੀ ਆ ਮਮੀ ਅੱਜ ਦਰੋ ਬਾਬੇ ਦਾ ਨਾਮ ਸੁਣ ਕੇ ਬੜੇ ਪਹੁੰਚੇ ਬਾਬੇ ਨੇ ਅੱਛਾ ਆਪਣੇ ਜਲਦੀ ਆਸ ਮਨਾਦ ਬੱਚਾ ਜੇ ਪੂਰੀ ਕਰ ਦੇ ਬਾਬਾ ਜੋ ਵੀ ਤੇਰੇ ਦਿਲ ਦੇ ਵਿੱਚ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਤੇਰੀ ਪਰੇਸ਼ਾਨੀ ਦਾ ਤਾਂ ਮੈਨੂੰ ਮਜ਼ਾ ਆ ਰਿਹਾ
ਪੈਂਟ ਲੁੱਟ ਕੇ ਲੱਗਿਆ ਬੜੀਆਂ ਬੜੀਆਂ ਥੱਬੀਆਂ ਚਾਹੀਦੀਆਂ ਤੈਨੂੰ ਕੋਲ ਤੂੰ ਕਿਸ ਚੀਜ਼ ਦਾ ਬਾਬਾ ਸਾਲਿਆ ਬੁਲਾ ਕੇ ਜਿਹਨੂੰ ਕਾਂ
दुआ देनी बादोहा नहीं बाबा जी, जी मेरे को यह हो जाता भी कहो कि जिन मेरी जान छड़ दे जिन नहीं छड़नी जिन नहीं छड़नी क्यों जिन हूं तो जदों आना ना मैं जिन को कहना हो बाबा मैं जिन को देखो कितना नहीं पैसे दे के जाना ओ बाबा जेदा पहुंचिया बाबा मेरा भी एक मसला हल कर बाबा जी पुत्र ओए बाबा मैं जदों सोना सीधा वा हां ते उस दा पुठा वा बाबा तू खाप च दिहाड़ी करना पुत्र ओए बाबा एक जगह मैं गुस्सा करा बाबा तू बोझ लेना ओ पागल हो गया बेवकूफा तू पता नहीं तुम कितने पर कितने आ गए जी जी मनरवासन में आ गए ओ ओए ओ की ओ फिल्म बनाउंदे आ फिल्म बनाउंदे आ ओ ओ नहीं खलोता ही हां खलोता हां खलोता रहना इदा काम ही खलोन दा ओ खलोता बैठ सही फिल्म नहीं बनाउंदा सारी ऐ बड़ा हो गए चंगी रे ओ खलोता बाबा ने कोई ऐसा तवीज दवा बाबा जी जैसा पुत्र तने जावा अपने ते वर तोड़िया जावा तू बाड़ी साडे घर जाता ਐਡਾ ਜ਼ਰੂਰ ਕਿਹੜਾ ਪਾਉਣ ਨਾਲ ਮੈਨੂੰ ਤਵੀਤ ਲਿਖਾਉਣ ਦੀ ਮਿਹਨਤ ਕਰਵਾਏਗਾ ਤੇਰੇ ਤੂੰ ਸਾਡੇ ਘਰ ਵੜ ਨਾ ਓ ਬਾਬਾ ਫਿਰ ਤੂੰ ਪੈਸੇ ਮੰਗਣੇ ਆ ਓ ਯਾਰ ਪੈਸੇ ਵਾਲੀ ਕਿਹੜੀ ਗੱਲ ਤੂੰ ਰੋਜ਼ ਦਾ ਆਉਣ ਜਾਣ ਵਾਲਾ ਬਾਬਾ ਜੀ ਤਵੀਤ ਦਿਓ ਬਾਬਾ ਕੋਈ ਐਸਾ ਤਵੀਤ ਹੈ ਇਹ ਤਾਜ਼ਾ ਬਾਬਾ ਬਣੇ ਆ ਇੱਥੇ ਬਾਹਰ ਫੋਟੋ ਕਾਪੀ ਵਾਲੀਆਂ ਮਸ਼ੀਨਾਂ ਵੀ ਨਹੀਂ ਖੁੱਲੀ ਹੋਣੀ ਤਾਜ਼ਾ ਬਾਬੇ ਬਣੇ ਆ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਤੁਸੀਂ ਜਾਂਦੇ ਹੋ ਉਹ ਜਿੰਨ ਬਾਹਰ ਬੜਾਵੇ ਤੇ ਨਿੱਕੇ ਨਿੱਕੇ ਜਿੰਨ ਕਰ ਦੇਵੇ ਹਾਂ ਹਾਂ ਮੇਰੀ ਗੱਲ ਸੁਣ ਬਾਬਾ ਜੀ ਦਫਾ ਮਾਰੋ ਮੇਰਾ ਮਸਲਾ ਸੁਣੋ ਬਾਬਾ ਜੀ ਇਹ ਪੁੱਤ ਤੁਸੀਂ ਬਾਬਾ ਜੀ ਮੈਂ ਚਾਹਨਾ ਵਾ ਬਾਬਾ ਜੀ ਅੱਜ ਮੇਰਾ ਦਿਲ ਕਰਦਾ ਤੁਹਾਡੇ ਦੋਵਾਂ ਦਾ ਉੱਤੇ ਥੱਲੇ ਰੱਖ ਨਾ ਇਕੱਠਾ ਹੀ ਮਸਲਾ ਸੁਣ ਲਵਾਂ ਪਤਾ ਲੱਗ ਜੇ ਤੁਹਾਨੂੰ ਬਾਬਾ ਜੀ ਜਿੱਤ ਮੈਂ ਚੱਲੀ ਏ ਬਾਹਰ ਉਹ ਕਿੱਥੇ ਚੱਲੀ ਬਾਹਰ ਮੈਂ ਕਿਹਾ ਬਾਬਾ ਲੱਭ ਨਹੀਂ ਰਿਹਾ बस उठना उठ के पैर